ਪਹਿਲੇ ਤੋਂ ਜਿਹੜਾ ਸਾਰਾ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਮੋਲਵਾ ਦਾ ਹੇਮਕੁੰਟ ਐਜੂਕੇਸ਼ਨਲ ਕੰਸਲਟੈਂਟ, ਤੁਹਾਡਾ ਨਾਲ ਫਿਰ ਲਾਈਵ ਹੋਇਆ ਆਸਟ੍ਰੇਲੀਆ ਦੇ ਬਾਰੇ ਬੈਕ ਟੂ ਬੈਕ ਨਵੀਂ ਇਨਫੋਰਮੇਸ਼ਨ ਲੈ ਕੇ। ਸੋ ਦੋਸਤੋ, ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਕਿ ਬਿਫੋਰ ਕੈਬਨਿਟ ਮੀਟਿੰਗ, ਕੈਬਨਿਟ ਮੀਟਿੰਗ ਤੋਂ ਪਹਿਲੇ ਕੁਝ ਵਧੀਆ ਅਪਡੇਟਸ ਆਉਣੀ ਸ਼ੁਰੂ ਹੋ ਗਈਆਂ ਨੇ ਆਸਟ੍ਰੇਲੀਆ ਦੇ ਬਾਰੇ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਟਰੈਵਲ ਕਰ ਦਿੱਤਾ ਜਾਏਗਾ ਕਿ ਨਹੀਂ ਦਿੱਤਾ ਜਾਏਗਾ। ਤੇ ਅੱਜ ਦੀ ਵੀਡੀਓ ਸਾਰੀ ਉਸ ਤੋਂ ਰਿਲੇਟ ਕੀਤੀ ਹੋਈ ਹੈ, ਤੇ ਹੋਰ ਮੈਂ ਤੁਹਾਨੂੰ ਆਪਣਾ ਓਪੀਨੀਅਨ ਵੀ ਦਵਾਂਗਾ ਕਿ ਤੁਸੀਂ ਫਰਵਰੀ ਇਨਟੇਕ ਦੇ ਟਰੈਵਲ ਕਰ ਪਾਓਗੇ ਜਾਂ ਨਹੀਂ ਕਰ ਪਾਓਗੇ। ਪਰ ਹੁਣ ਤੱਕ ਜੋ ਸਿਨੈਰੀਓ ਚੱਲ ਰਿਹਾ ਉਹਦੇ ਵਿੱਚ ਤੇ ਦੋਵੇਂ ਮਿਕਸ ਹੀ ਜ਼ਿਆਦਾ, 50-50% ਚੱਲ ਰਿਹਾ ਕਿ ਆਪਾਂ ਟਰੈਵਲ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ। ਬਹੁਤ ਸਾਰੀ ਵੀਡੀਓ ਯੂਟਿਊਬ ਤੇ ਐਵੇਂ ਵੀ ਨੇ ਜੋ ਕਹਿ ਰਹੀਆਂ ਨੇ ਵੀ 2021 ਵੀ ਪੂਰਾ ਬੰਦ ਰਹੇਗਾ, ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ, 21 ਵਿੱਚ ਹੀ ਬਾਰਡਰ ਖੁੱਲਣਗੇ। ਤੇ ਮੈਂ ਤੁਹਾਨੂੰ ਦੱਸਣਾ ਵਾ ਅੱਜ ਦੀ ਅਪਡੇਟ ਕੀ ਹੈਗੀ, ਤੇ ਇਸ ਨਾਲ ਆਪਾਂ ਸ਼ੁਰੂ ਕਰਨੇ ਆਪਣੀ ਅੱਜ ਦੀ ਵੀਡੀਓ। ਸੋ ਦੋਸਤੋ, ਮੈਂ ਤੁਹਾਨੂੰ ਉਸ ਸਕਰੀਨ ਤੇ ਲਾਇਆ ਵਾ ਜਿੱਥੇ ਕਿ ਪਹਿਲੀ ਬੜੀ ਵੱਡੀ ਅਪਡੇਟ ਹੈਗੀ। ਬਿਨਾਂ ਵੇਟ ਕਰਾਉਂਦੇ ਹੋਏ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹ ਕੀ ਅਪਡੇਟ ਹੈਗੀ। IEAA ਦਾ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਨੇ ਰੀਸੈਂਟਲੀ 8 ਘੰਟੇ ਪਹਿਲੇ ਇੱਕ ਟਵੀਟ ਕੀਤਾ ਹੈ, ਤੇ ਉਹ ਟਵੀਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਇੰਟਰਨੈਸ਼ਨਲ ਸਟੂਡੈਂਟ ਵਾਸਤੇ। ਤੇ ਹੁਣ ਆਪਾਂ ਪੜ੍ਹਨੇ ਉਸ ਟਵੀਟ ਦੇ ਵਿੱਚ ਕੀ ਲਿਖਿਆ। ਉਸ ਟਵੀਟ ਦੇ ਵਿੱਚ ਲਿਖਿਆ ਕਿ ਸਟੂਡੈਂਟ ਅਕੋਮੋਡੇਸ਼ਨ ਪ੍ਰੋਵਾਈਡਰਸ ਹੈਗੇ ਨੇ, ਉਹ ਕਹਿ ਰਹੇ ਨੇ ਕਿ ਆਪਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਆਸਟ੍ਰੇਲੀਆ ਦੇ ਵਿੱਚ ਕੁਆਰੰਟੀਨ ਅਲਾਊਡ ਕਰਵਾਵਾਂਗੇ। 24 ਸਿਟੀਜ਼ ਦੇ ਵਿੱਚ ਆਪਾਂ ਆਪਣੀ ਬਿਲਡਿੰਗ ਤਿਆਰ ਕਰਵਾਵਾਂਗੇ ਜਿੱਥੇ ਉਹਨਾਂ ਨੂੰ ਲਿਆਇਆ ਜਾਏ, ਤੇ ਉਹਨਾਂ ਨੂੰ ਬਕਾਇਦਾ ਕੁਆਰੰਟੀਨ ਵੀ ਕੀਤਾ ਜਾਏ। ਤੇ ਉਹ ਕਹਿ ਰਹੇ ਨੇ ਕਿ ਇਸ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨਸ ਦਾ ਕੋਈ ਵੀ ਖਰਚਾ ਨਹੀਂ ਲੱਗੇਗਾ, ਕੋਈ ਸਭ ਖਰਚਾ ਸਟੂਡੈਂਟਸ ਆਪਣੇ ਬੇਸ ਤੇ ਆਪ ਕਰਨਗੇ ਆਸਟ੍ਰੇਲੀਆ ਦੇ ਵਿੱਚ ਆ ਕੇ। ਤੇ ਆਹ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਹੁਣ ਜੋ ਐਜੂਕੇਸ਼ਨ ਪ੍ਰੋਵਾਈਡਰ ਨੇ ਤੇ ਫਿਲਿਪ ਹਨੀਵੁੱਡ, ਤੇ ਹੁਣ ਉਹ ਸਾਰੇ ਇਕੱਠੇ ਹੋ ਕੇ ਆਸਟ੍ਰੇਲੀਅਨ ਗੌਰਮੈਂਟ ਤੇ ਸਕੌਟ ਮੋਰਿਸਨ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਬਿਲਡ ਕਰ ਰਹੇ ਨੇ, ਤੇ ਸਕੌਟ ਮੋਰਿਸਨ ਆਪ ਖੁਦ ਵੀ ਇਸ ਟਾਈਮ ਬਹੁਤ ਹੀ ਪ੍ਰੈਸ਼ਰ ਫੇਸ ਕਰ ਰਹੇ ਹੈ, ਕਿਉਂਕਿ ਹਰ ਇੱਕ ਮੀਡੀਆ ਦੇ ਵਿੱਚ ਉਹਨੂੰ ਇਹ ਪੁੱਛਿਆ ਜਾ ਰਿਹਾ ਕਿ ਵਟ ਅਬਾਊਟ ਦਾ ਇੰਟਰਨੈਸ਼ਨਲ ਸਟੂਡੈਂਟ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਸਿਡਨੀ ਦੇ ਵਿੱਚ 18 ਬਿਲੀਅਨ ਦੀ ਇਕਨੋਮੀ ਨੂੰ ਬੂਸਟ ਕਰਦਾ, ਤੇ ਉੱਥੇ ਹੀ ਸਿਡਨੀ ਦੇ ਸਾਰੇ ਮਿਨਿਸਟਰ ਚੁੱਪ ਨੇ, ਕਿਉਂਕਿ ਜਦ ਸਕੌਟ ਮੋਰਿਸਨ ਕੋਈ ਆਰਡਰ ਨਹੀਂ ਦੇਗਾ ਤੇ ਕੋਈ ਮਿਨਿਸਟਰ ਨਹੀਂ ਬੋਲ ਸਕਦਾ। ਪਰ ਹੁਣ ਸਾਰੇ ਯੂਨੀਵਰਸਿਟੀਜ਼ ਮਿਲ ਕੇ, ਸਾਰੇ ਐਜੂਕੇਸ਼ਨ ਪ੍ਰੋਵਾਈਡਰ ਮਿਲ ਕੇ, ਤੇ ਹੋਰ ਆਸਟ੍ਰੇਲੀਅਨ ਸਿਟੀਜ਼ਨਸ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਆ ਕੇ ਖੜ ਗਏ ਨੇ, ਤੇ ਉਹ ਕਹਿ ਰਹੇ ਨੇ ਵੀ ਜਲਦੀ ਜਲਦੀ ਬਾਰਡਰ ਖੋਲ੍ਹੇ ਜਾਣ ਤਾਂ ਕਿ ਸਾਡੀ ਇਕਨੋਮੀ ਬੂਸਟ ਹੋਏ ਤੇ ਸਾਨੂੰ ਜੋਬਸ ਮਿਲਣ, ਕਿਉਂਕਿ 90% ਆਫ ਆਸਟ੍ਰੇਲੀਅਨਸ ਨੇ ਉਹ ਵਿਦਆਊਟ ਜੋਬਸ ਨੇ। ਇਹ ਕਹਿ ਰਿਹਾ ਹੈ ਕਿ ਵੀ ਹੈਵ 24 ਬਿਲਡਿੰਗਸ ਅਵੇਲੇਬਲ ਟੂ ਹੈਵ ਵਿਦ ਦ ਸਟੂਡੈਂਟ ਕੋਰੋਨਾ ਵਾਇਰਸ ਕੁਆਰੰਟੀਨ, ਸੇਜ਼ ਅਕੋਮੋਡੇਸ਼ਨ ਇੰਡਸਟਰੀ। ਉਹ ਕਹਿ ਰਹੇ ਨੇ ਵੀ ਸਾਡੇ ਕੋਲ ਇਸ ਟਾਈਮ 24 ਬਿਲਡਿੰਗਸ ਅਵੇਲੇਬਲ ਹੈਗੀਆਂ ਨੇ ਜਿੱਥੇ ਆਪਾਂ ਸਟੂਡੈਂਟ ਨੂੰ ਅਕੋਮੋਡੇਟ ਕਰ ਸਕਦੇ ਹਾਂ, ਤੇ ਉਹਨਾਂ ਨੂੰ ਬੁਲਾਇਆ ਜਾ। ਅੱਗੇ ਤੁਸੀਂ ਪੜ੍ਹ ਸਕਦੇ ਹੋ, ਕਲੀਅਰਲੀ ਲਿਖਿਆ ਦਾ ਮਲਟੀ ਬਿਲੀਅਨ ਡਾਲਰ ਐਜੂਕੇਸ਼ਨ ਅਕੋਮੋਡੇਸ਼ਨ ਇੰਡਸਟਰੀ ਹੈਡ ਟੋਟਲ ਫੈਡਰਲ ਐਂਡ ਸਟੇਟ ਗਵਰਨਮੈਂਟ, ਇਟ ਹੈਜ਼ 24 ਐਮਪਟੀ ਬਿਲਡਿੰਗ ਇਨ ਮੈਲਬਰਨ, ਬ੍ਰਿਸਬੇਨ, ਐਡਲੇਡ, ਸਿਡਨੀ ਐਂਡ ਕੈਨਬਰਾ। ਸੋ ਇਨ ਸਾਰੇ ਸਟੇਟਸ ਵਿੱਚ ਜਿਨ੍ਹਾਂ ਨੇ ਸਟੂਡੈਂਟ ਨੇ ਜਾਣਾ ਹੈ, ਇਨ ਸਾਰਿਆਂ ਵਾਸਤੇ ਅੱਛੀ ਖਬਰ ਹੈ ਕਿ ਜਿਨ੍ਹਾਂ ਨੇ ਉੱਥੇ ਜਾਣਾ ਹੈ ਉਹ ਸਟੇਟ ਦੇ ਵਿੱਚ ਬਿਲਡਿੰਗਸ ਅਵੇਲੇਬਲ ਹੈਗੀਆਂ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਅਕੋਮੋਡੇਟ ਕਰਾਉਣ ਵਾਸਤੇ। ਦੈਟ ਕੈਨ ਬੂਸਟ ਐਗਜ਼ਿਸਟਿੰਗ ਕੋਵਿਡ-19 ਕੁਆਰੰਟੀਨ ਫੈਸਿਲਿਟੀ ਐਂਡ ਰਿਟਰਨ ਮੋਰ ਦੈਨ 1,35,000 ਇੰਟਰਨੈਸ਼ਨਲ ਸਟੂਡੈਂਟਸ ਟੂ ਦ ਕੰਟਰੀ ਦਿਸ ਈਅਰ। ਸੋ ਫਰੈਂਡ, ਸਾਡੀ ਰੱਬ ਨੂੰ ਇਹੀ ਪ੍ਰਾਰਥਨਾ ਕਿ ਇਹ ਪ੍ਰਪੋਜ਼ਲ ਜਲਦੀ ਤੋਂ ਜਲਦੀ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਹੋ ਜਾਵੇ ਤਾਂ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਆਸਟ੍ਰੇਲੀਆ ਆਉਣ ਦਿੱਤਾ ਜਾਏ, ਉਹ ਵੀ ਆਪਣੇ ਖਰਚੇ ਦੇ ਉੱਤੇ ਜਲਦੀ ਤੋਂ ਜਲਦੀ। ਸੋ ਤੁਸੀਂ ਆਪਣੀ ਵੱਧ ਤੋਂ ਵੱਧ ਪਟੀਸ਼ਨ ਵੀ ਸਿਗਨੇਚਰ ਕਰੋ, ਤੇ ਐਜੂਕੇਸ਼ਨ ਪ੍ਰੋਵਾਈਡਰਸ ਨੂੰ ਸਕੌਟ ਮੋਰਿਸਨ ਨੂੰ ਟਵੀਟ ਵੀ ਕਰਦੇ ਰਹੋ ਲਗਾਤਾਰ, ਤੇ ਉਸ ਟਵੀਟ ਨੂੰ ਰੀਟਵੀਟ ਵੀ ਕਰੋ ਤਾਂ ਕਿ ਤੁਹਾਡੇ ਟਵੀਟ ਹੋਰ ਵੀ ਲੋਕੀ ਪੜ੍ਹਨ ਤੇ ਸਕੌਟ ਮੋਰਿਸਨ ਤਾਂ ਕਿ ਟਵੀਟ ਜਾਏ। ਆ ਗਏ ਹਾਂ ਦੋਸਤੋ ਅਗਲੀ ਵੱਡੀ ਖਬਰ ਤੇ। ਅਗਲੀ ਵੱਡੀ ਖਬਰ ਹੈਗੀ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਹੈਗੀਆਂ ਨੇ ਉਹ ਡਿਸਕਾਊਂਟ ਕਰ ਰਹੀਆਂ ਨੇ ਆਪਣੀ ਫੀਸ ਦੇ ਵਿੱਚ ਉਹਨਾਂ ਸਟੂਡੈਂਟਸ ਵਾਸਤੇ ਜੋ ਸਟਕ ਨੇ ਆਊਟਸਾਈਡ ਆਸਟ੍ਰੇਲੀਆ। ਸੋ ਯੂਨੀਵਰਸਿਟੀ ਜੋ ਹੈਗੀ ਹੈ ਉਹ 20% ਉਹਨਾਂ ਨੂੰ ਫੀਸ ਦੇ ਵਿੱਚ ਰਿਡਕਸ਼ਨ ਕਰ ਰਹੀ ਹੈ, ਜੋ ਆਪਣਾ ਕੋਰਸ ਔਨਲਾਈਨ ਬਹਿ ਕੇ ਪੜ੍ਹ ਰਹੇ, ਜੋ ਅਨੇਬਲ ਨੇ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਨ ਨੂੰ ਬਾਰਡਰ ਰਿਸਟ੍ਰਿਕਸ਼ਨਸ ਹੋਣ ਦੇ ਕਾਰਨ। ਜਿਵੇਂ ਕਿ ਤੁਸੀਂ ਅੱਗੇ ਵੇਖ ਸਕਦੇ ਹੋ ਕਿ ਮੇਜਰ ਯੂਨੀਵਰਸਿਟੀਜ਼ ਨੇ ਉਹੀ ਔਫਰ ਕਰ ਰਹੀਆਂ ਨੇ ਇਸ ਡਿਸਕਾਊਂਟ ਨੂੰ ਉਹਨ ਸਟੂਡੈਂਟ ਵਾਸਤੇ ਜੋ ਆਪਣੇ ਹੋਮ ਕੰਟਰੀ ਦੇ ਵਿੱਚ ਰਹਿ ਕੇ ਹੀ ਸਟੱਡੀ ਕਰ ਰਹੇ ਨੇ। ਦ ਯੂਨੀਵਰਸਿਟੀ ਆਫ ਐਡਲੇਡ ਇਜ਼ ਆਫਰਿੰਗ ਅ ਰਿਬੇਟ ਆਫ ਅਪ ਟੂ 20% ਫੋਰ ਦ ਸਮੈਸਟਰ 1 ਦਿਸ ਈਅਰ ਟੂ ਨਿਊ ਐਂਡ ਕੰਟੀਨਿਊਇੰਗ ਇੰਟਰਨੈਸ਼ਨਲ ਸਟੂਡੈਂਟਸ ਹੂ ਆਰ ਅਨੇਬਲ ਟੂ ਟਰੈਵਲ ਟੂ ਆਸਟ੍ਰੇਲੀਆ ਡਿਊ ਟੂ ਬਾਰਡਰ ਰਿਸਟ੍ਰਿਕਸ਼ਨਸ, ਬਟ ਹੂ ਸਟਿਲ ਆਰ ਕਮਿਟਿਡ ਟੂ ਸਟੱਡਿੰਗ ਇਨ ਆਸਟ੍ਰੇਲੀਆ। ਅਗਲੀ ਹੈਗੀ ਦ ਯੂਨੀਵਰਸਿਟੀ ਆਫ ਕੁਈਨਸਲੈਂਡ ਇਜ਼ ਆਫਰਿੰਗ ਰਿਬੇਟ ਆਫ 12.5% ਫੋਰ ਦ ਸਟੂਡੈਂਟ ਇਨ ਦ ਸੇਮ ਸਿਚੁਏਸ਼ਨ, ਇੰਕਲੂਡਿੰਗ ਬੋਥ ਪਾਰਟ ਟਾਈਮ ਐਂਡ ਫੁੱਲ ਟਾਈਮ ਸਟੂਡੈਂਟਸ ਟੂ ਬੀ ਐਲੀਜੀਬਲ, ਸਟੂਡੈਂਟਸ ਹੈਵ ਟੂ ਬੀ ਇਨ ਦੇਅਰ ਹੋਮ ਕੰਟਰੀ ਐਂਡ ਨੋਟ ਇਨ ਆਸਟ੍ਰੇਲੀਆ। ਇਹ ਕਹਿ ਰਹੀ ਹੈ ਕਿ ਸਟੂਡੈਂਟ ਨੂੰ 12.5% ਦੀ ਰਿਬੇਟ ਦਿੱਤੀ ਜਾਏਗੀ ਅਗਰ ਸਟੂਡੈਂਟ ਆਪਣੀ ਹੋਮ ਕੰਟਰੀ ਦੇ ਵਿੱਚ ਬਹਿ ਕੇ ਪੜ੍ਹ ਰਿਹਾ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗਾ। ਤੇ ਸੇਮ ਹੀ ਯੂਨੀਵਰਸਿਟੀ ਆਫ ਨਿਊ ਕੈਸਲ ਵੀ 20% ਆਫ
ਫੀ ਦੇ ਵਿੱਚ ਵੇਵਰ ਕਰ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਬਾਰਡਰ ਕਲੋਜ਼ਰ ਹੋਣ ਦੇ ਕਾਰਨ, ਫੋਲੋਡ ਬਾਏ RMIT ਯੂਨੀਵਰਸਿਟੀਜ਼ ਤੇ ਯੂਨੀਵਰਸਿਟੀ ਆਫ ਐਡੀਲੇਡ ਜੋ ਕਰ ਰਹੀਆਂ ਨੇ 25% ਤੋਂ ਲੈ ਕੇ 30% ਦੀ ਡਿਸਕਾਊਂਟ ਆਪਣੀ ਫੀਸ ਦੇ ਵਿੱਚ। ਆਪਾਂ ਕੱਲ 5 ਫਰਵਰੀ ਨੂੰ ਕੈਬਨਿਟ ਦੀ ਬਹੁਤ ਹੀ ਵੱਡੀ ਮੀਟਿੰਗ ਹੈਗੀ ਹੈ ਤੇ ਮੈਨੂੰ ਪਤਾ ਤੁਸੀਂ ਸਭ ਉਸ ਮੀਟਿੰਗ ਦੀ ਵੇਟ ਕਰ ਰਹੇ ਹੋ ਕਿ ਜਲਦੀ ਜਲਦੀ ਵਧੀਆ ਅਪਡੇਟ ਆਏ, ਤੇ ਉਸੀ ਅਪਡੇਟ ਵਾਸਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਮੀਟਿੰਗ ਦੀ ਅਪਡੇਟਸ ਲੈ ਕੇ ਆਵਾਂ। ਦੋਸਤੋ ਵੱਧ ਤੋਂ ਵੱਧ ਪਟੀਸ਼ਨ ਤੇ ਸਾਈਨ ਕਰੋ ਤੇ ਹੋਰ ਤੁਹਾਡੇ ਸਿਬਲਿੰਗਸ ਆਸਟ੍ਰੇਲੀਆ ਦੇ ਵਿੱਚ ਨੇ ਇਸ ਟਾਈਮ, ਉਹਨਾਂ ਤੋਂ ਵੀ ਇਹ ਸਿਗਨੇਚਰ ਜ਼ਰੂਰ ਕਰਾਓ ਤਾਂ ਕਿ ਸਕੌਟ ਮੋਰਿਸਨ ਤੇ ਦਬਾਅ ਬਣ ਸਕੇ ਤੇ ਉਹ ਬਹੁਤ ਹੀ ਵਧੀਆ ਸਪੀਚ ਲੈ ਕੇ ਆਉਣ ਇੰਟਰਨੈਸ਼ਨਲ ਸਟੂਡੈਂਟ ਦੇ ਬਾਰੇ ਤੇ ਅਲਾਓ ਕਰਨ ਸਟੂਡੈਂਟ ਨੂੰ ਆਉਣ ਵਾਸਤੇ। ਬਾਕੀ ਰਹੀ ਫਰਵਰੀ ਇਨਟੇਕ ਦੀ ਗੱਲ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਫਰਵਰੀ ਇਨਟੇਕ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਤੇ ਆਪਾਂ ਹੋਪ ਕਰਦੇ ਹਾਂ ਕਿ ਵਧੀਆ ਅਪਡੇਟ ਆਏਗੀ ਤੇ ਜਲਦੀ ਤੋਂ ਜਲਦੀ ਬਾਰਡਰ ਖੁੱਲਣਗੇ। ਕੱਲ੍ਹ ਇੱਕ ਮੇਰੇ ਵਿਊਅਰ ਨੇ ਮੈਨੂੰ ਇੱਕ ਕਮੈਂਟ ਦੇ ਵਿੱਚ ਇੱਕ ਲਿੰਕ ਸ਼ੇਅਰ ਕੀਤਾ ਜੋ ਕਹਿ ਰਿਹਾ ਸੀ ਕਿ ਵੀ ਵਿਕਟੋਰੀਆ ਦੇ ਪ੍ਰੀਮੀਅਰ ਨੇ ਐਲਐਨਟ ਚ ਉਹ ਕੱਲ੍ਹ 5 ਫਰਵਰੀ ਨੂੰ ਇੱਕ ਐਸਾ ਬਜਟ ਲੈ ਕੇ ਆ ਰਹੇ ਨੇ ਜਿਹਦੇ ਵਿੱਚ ਕਲੀਅਰਲੀ ਲਿਖਿਆ ਕਿ 2021-20 ਸਟੂਡੈਂਟ ਨੂੰ ਅਲਾਊ ਨਾ ਕੀਤਾ ਜਾਏ ਤੇ ਵਿਕਟੋਰੀਆ ਦੀ ਸਟੇਟ ਬੰਦ ਕੀਤੀ ਜਾਏ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ, ਸਿਰਫ ਐਲਨ ਟਚ ਜੋ ਨੇ ਉਹ ਪ੍ਰੀਮੀਅਰ ਨੇ, ਬਟ ਜੋ ਪ੍ਰਾਈਮ ਮਿਨਿਸਟਰ ਨੇ ਆਸਟ੍ਰੇਲੀਆ ਦੇ ਉਹ ਸਕੌਟ ਮੋਰਿਸਨ ਨੇ, ਮੰਨਾ ਨਾ ਮੰਨਾ ਉਹਨਾਂ ਦੀ ਗੱਲ ਹੈ। ਬਾਕੀ ਹਰ ਕਿਸੇ ਨੇ ਆਪਣਾ ਆਪਣਾ ਪਲਾਨ ਆਸਟ੍ਰੇਲੀਅਨ ਗੌਰਮੈਂਟ ਦੇ ਅੱਗੇ ਰੱਖਣਾ, ਫੈਡਰਲ ਗੌਰਮੈਂਟ ਦੇ ਅੱਗੇ ਰੱਖਣਾ, ਅਤੇ ਉਸ ਪਲਾਨ ਦੇ ਸਾਰੇ ਹੈਲਥ ਮਿਨਿਸਟਰਸ, ਫੈਡਰਲ ਮਿਨਿਸਟਰਸ, ਐਜੂਕੇਸ਼ਨ ਪ੍ਰੋਵਾਈਡਰਸ ਅਤੇ ਜੋ ਐਵੀਏਸ਼ਨ ਮਿਨਿਸਟਰ ਹੈਗੇ ਨੇ ਉਹਨਾਂ ਸਭ ਦੀ ਨਜ਼ਰ ਹੋਏਗੀ ਅਤੇ ਉਹਦੇ ਬੇਸ 'ਤੇ ਹੀ ਡਿਸਾਈਡ ਕੀਤਾ ਜਾਏਗਾ ਕਿ ਅੱਗੇ ਕੀ ਕੀਤਾ ਜਾਏ। ਬਾਕੀ ਕੋਰੋਨਾ ਵੈਕਸੀਨ ਦੀ 10 ਮਿਲੀਅਨ ਡੋਜ਼ ਆਸਟ੍ਰੇਲੀਆ ਨੇ ਹੋਰ ਬੁੱਕ ਕਰਾਤੀਆਂ ਨੇ ਜਲਦੀ ਤੋਂ ਜਲਦੀ ਅਵੇਲੇਬਲ ਹੋਣ ਵਾਸਤੇ। ਪਹਿਲਾਂ 10 ਮਿਲੀਅਨ ਕਰਾਈਆਂ ਸੀ, ਪਰ 10 ਮਿਲੀਅਨ ਹੋਰ ਡੋਸਿਸ ਬੁੱਕ ਕਰਾਉਣ ਤੋਂ ਬਾਅਦ ਆਸਟ੍ਰੇਲੀਆ ਨੇ ਟੋਟਲ 20 ਮਿਲੀਅਨ ਫਾਈਜ਼ਰ ਦੀ ਡੋਸਿਸ ਬੁੱਕ ਕਰਾਤੀਆਂ ਨੇ, ਅਤੇ ਜੋ ਕਿ ਲੇਟ ਫਰਵਰੀ ਦੇ ਵਿੱਚ ਵੈਕਸੀਨੇਸ਼ਨ ਸ਼ੁਰੂ ਵੀ ਹੋਣ ਵਾਲਾ, ਅਤੇ ਮਾਰਚ ਦੇ ਵਿੱਚ ਐਸਟਰਾਜੈਨਿਕਾ ਵੈਕਸੀਨ ਦਾ ਵੀ ਵੈਕਸੀਨੇਸ਼ਨ ਸ਼ੁਰੂ ਹੋ ਜਾਏਗਾ। ਅਤੇ ਹੋਰ ਵੀ ਇਸ ਤਰੀਕੇ ਦੀ ਪੋਜ਼ਿਟਿਵ ਅਪਡੇਟ ਲੈਣ ਵਾਸਤੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।